ਸ਼੍ਰੀ ਅੰਮ੍ਰਿਤਸਰ ਸਾਹਿਬ ਬਠਿੰਡਾ ਚਾਰ ਮਾਰਗੀ ਹਾਈਵੇ ਨੰਬਰ 54 ਚ ਕੋਟਕਪੂਰਾ ਬੀੜ ਸਿੰਘਾ ਵਾਲਾ ਲਿੰਕ ਰੋਡ ਦੇ ਲਈ ਬਣੇ ਡਿਵਾਈਡਰਾਂ ਉੱਤੇ ਕੈਦੀਆਂ ਨੂੰ ਲੈ ਕੇ ਆ ਰਹੀ ਪੁਲਿਸ ਦੀ ਗੱਡੀ ਨੇ ਇੱਕ ਮੋਟਰਸਾਈਕਲ ਸਵਾਰ ਪਤੀ ਪਤਨੀ ਅਤੇ ਇੱਕ ਛੋਟੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਭਰਤੀ ਕਰਵਾ ਦਿੱਤਾ, ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਮੋਟਰਸਾਈਕਲ ਸਵਾਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮੌਕੇ ਪਹੁੰਚੇ ਕੋਟਕਪੂਰਾ ਦੇ DSP ਮਨਵਿੰਦਰ ਵੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਗੱਡੀ ਕੈਦੀਆਂ ਨੂੰ ਲੈ ਕੇ ਬਠਿੰਡਾ ਤੋਂ ਜਲੰਧਰ ਜਾ ਰਹੀ ਸੀ ਅਤੇ ਕੋਟਕਪੂਰਾ ਦੇ ਨੇੜੇ ਇੱਕ ਡਿਵਾਈਡਰ ਤੇ ਜਾ ਰਹੇ ਮੋਟਰਸਾਈਕਲ ਦੇ ਅਚਾਨਕ ਸਾਹਮਣੇ ਆ ਜਾਣ ਨਾਲ ਦੋਹਾਂ ਦੀ ਟੱਕਰ ਹੋ ਗਈ। ਐਕਸੀਡੈਂਟ ਹੋਇਆ ਹੈ ਇਹਦੇ ਵਿੱਚ ਨਾ, ਅੱਜ ਬਠਿੰਡਾ ਜੇਲ੍ਹ ਦੇ ਵਿੱਚੋਂ ਜਲੰਧਰ ਉਹਨਾਂ ਨੂੰ ਪੇਸ਼ੀ 'ਤੇ ਲੈ ਕੇ ਜਾ ਰਹੀ ਸੀਗੀ ਗੱਡੀ, ਜਦੋਂ ਇਹ ਕੋਟਕਪੂਰਾ ਤੋਂ ਬਾਈਪਾਸ ਅੱਗੇ ਚੱਕਵੀਰ ਸਰਕਾਰ ਦਾ ਵਿੱਚ ਡਿਵਾਈਡਰ ਹੈਗਾ, ਉੱਥੋਂ ਜਦੋਂ ਗੱਡੀ ਕ੍ਰੋਸ ਕਰ ਰਹੀ ਸੀਗੀ ਅਤੇ ਦੂਸਰੀ ਸਾਈਡ ਤੋਂ ਅਚਾਨਕ ਇੱਕ ਮੋਟਰਸਾਈਕਲ ਤੇਜ਼ੀ ਨਾਲ ਉਹਨਾਂ ਦੇ ਅੱਗੇ ਆ ਗਿਆ। ਉਹਨਾਂ ਨੇ ਕਾਫ਼ੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਸਕਿੱਡ ਮਾਰਕ ਵੀ ਹੈਗੇ ਉੱਥੇ, ਫਿਰ ਵੀ ਉਹ ਗੱਡੀ ਦੇ ਨਾਲ ਟਕਰਾ ਗਿਆ। ਉਹ ਇੱਕ ਛੋਟਾ ਬੱਚਾ ਵਾ, ਲੇਡੀਜ਼ ਆ, ਜੈਂਟਸ ਆ, ਉਹਨਾਂ ਦੇ ਕੁਝ ਸੱਟਾਂ ਲੱਗੀਆਂ ਵਾ, ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤੇ ਆ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਮੌਕੇ ਤੋਂ। ਸਰ ਇਹ ਜੋ ਗਾੜੀ ਹੈ ਪੁਲਿਸ ਕੀ, ਇਹ ਕਹਾਂ ਕੀ ਹੈ? ਬਠਿੰਡੇ। ਜ਼ਿਕਰਯੋਗ ਹੈ ਕਿ ਕੋਟਕਪੂਰਾ ਫਰੀਦਕੋਟ ਬਾਈਪਾਸ ਉੱਪਰ ਬਣੇ ਲਿੰਕ ਸੜਕਾਂ ਲਈ ਡਿਵਾਈਡਰਾਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ, ਸੋ ਪ੍ਰਸ਼ਾਸਨ ਨੂੰ ਜ਼ਰੂਰਤ ਹੈ ਇਸ ਬਾਰੇ ਸੋਚਣ ਦੀ ਤਾਂ ਜੋ ਇਹ ਹਾਦਸੇ ਰੁਕ ਸਕਣ। ਕੋਟਕਪੂਰਾ ਤੋਂ KC ਸੰਜੇ ਤੇ ਜਗਤਾਰ ਤੋਂ ਸਾਂਝ ਦੀ ਰਿਪੋਰਟ।